ਤੁਹਾਡਾ ਸਭ ਦਾ ਆਪਣੇ ਚੈਨਲ ਸਟੱਡੀ ਔਨਲਾਈਨ ਤੇ ਲਾਈਵ ਕਲਾਸ ਦਾ ਸਮਾਂ ਹੋ ਚੁੱਕਾ ਹੈ ਜੀ। ਜਲਦੀ ਜਲਦੀ ਜੁਆਇਨ ਕਰੋ ਜੀ ਸਾਰਿਆਂ ਨੂੰ, ਸਾਰੇ ਜਿਹੜੇ ਤੋਂ ਕਾਲੀ 'ਚ ਨਾ ਜੀ ਪਤਾ ਹੀ ਨਹੀਂ ਕੀ ਹੋਈ ਜਾਂਦਾ। ਹਾਂਜੀ ਜਲਦੀ ਜਲਦੀ ਸਾਰੇ ਜੁਆਇਨ ਕਰੋ ਅਤੇ ਲਿੰਕ ਨੂੰ ਸ਼ੇਅਰ ਕਰ ਦਿਉ ਤਾਂ ਕਿ ਸਾਰੇ ਜਲਦੀ ਪਹੁੰਚ ਸਕਣ। ਅੱਜ ਦੀ ਕਲਾਸ ਨੰਬਰ ਹੈ ਜੀ 73 ਅਤੇ ਅੱਜ ਦਾ ਵਿਸ਼ਾ ਹੈ ਆਪਣਾ ਨਾਵਲਕਾਰ ਨਿਰੰਜਨ ਤਸਨੀਮ। ਠੀਕ ਹੈ ਜੀ, ਅੱਜ ਲਾਸਟ ਵਿਸ਼ਾ ਹੋਵੇਗਾ ਨਾਵਲ ਸੀਰੀਜ਼ ਦਾ ਅਤੇ ਕੱਲ੍ਹ ਨੂੰ ਸਾਰੇ ਨਾਵਲਕਾਰ ਨੇ ਜਿਹੜੇ ਮਿਕਸ ਕੁਐਸਚਨ ਆਂਸਰ ਇਹਦਾ ਟੈਸਟ ਹੋਵੇਗਾ। ਆਡੀਓ ਵੀਡੀਓ ਕਨਫਰਮੇਸ਼ਨ ਦਿਓ। ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ, ਨਮਸਕਾਰ ਸਭ ਨੂੰ, ਕਰੋ ਜੀ ਕਨਫਰਮ। ਜਿਹੜੇ ਵੀ ਨਵੇਂ ਵੀਟਰ ਨੇ ਆਪਣੇ ਚੈਨਲ 'ਤੇ, ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਦਬਾਉਣਾ ਨਾ ਭੁੱਲਣ ਤਾਂ ਕਿ ਹਰੇਕ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਓਕੇ ਆ ਜੀ, ਵੱਧਦੇ ਆ ਜੀ ਫਸਟ ਕੁਐਸਚਨ ਦੇ ਵੱਲ। ਨਿਰੰਜਨ ਤਸਨੀਮ ਦਾ ਜੀਵਨ ਕਾਲ ਦੱਸੋ। ਆਪਸ਼ਨ ਏ ਨਿਰੰਜਨ ਤਸਨੀਮ ਦਾ ਜੀਵਨ ਕਾਲ, ਆਪਸ਼ਨ ਏ ਜੀ 1919 ਤੋਂ 2018, ਬੀ ਹੈ ਜੀ 1919 ਤੋਂ 2019, ਸੀ ਹੈ 1929 ਤੋਂ 2018, ਡੀ 1929 ਤੋਂ 2019। ਸਹੀ ਆਂਸਰ ਕੁਐਸਚਨ ਨੰਬਰ 1 ਦੇ ਲਈ ਕਰੋ। ਹੈਲੋ ਜੀ, ਵੈਲਕਮ ਜੀ, ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਫਸਟ ਕੁਐਸਚਨ ਦੇ ਲਈ ਆਂਸਰ ਡੀ ਕੀਤਾ ਜਾ ਰਿਹਾ, 1929 ਤੋਂ 2019। ਕੁਐਸਚਨ ਨੰਬਰ 2 ਦੇ ਵੱਲ ਵੱਧਦੇ ਹਾਂ ਜੀ। 1928, ਅੱਛਾ ਸੀ ਆਪਸ਼ਨ ਆ ਰਿਹਾ ਸੀ, ਇਟ ਮੀਨਸ ਕਿ ਜਿਹੜੇ ਵੀ ਡੀ ਆਂਸਰ ਕਰ ਰਹੇ ਕਰੈਕਟ ਹੈ ਜੀ। ਸੀ ਜਾਂ ਕੋਈ ਹੋਰ ਆਂਸਰ ਆਇਆ ਕਿਸੇ ਦਾ ਤਾਂ ਨੋਟ ਡਾਊਨ ਕਰੋ। ਕੁਐਸਚਨ ਨੰਬਰ 2, ਨਿਰੰਜਨ ਤਸਨੀਮ 'ਤੇ ਕਿਸ ਦਾ ਪ੍ਰਭਾਵ ਸੀ? ਆਪਸ਼ਨ ਏ ਪੂਰਨ ਸਿੰਘ, ਬੀ ਮਹਿੰਦਰ ਸਿੰਘ ਕੇਸਰ, ਸੀ ਈਸ਼ਵਰ ਚਿੱਤਰਕਾਰ, ਡੀ ਉਪਰੋਕਤ ਸਾਰੇ। 2 ਨੰਬਰ ਲਈ ਆਂਸਰ ਡੀ ਆ ਰਿਹਾ, ਉਪਰੋਕਤ ਸਾਰੇ ਬਿਲਕੁਲ ਸਹੀ ਹੈ ਜੀ, ਉਪਰੋਕਤ ਸਾਰੇ ਸਹੀ ਹਨ, ਆਪਸ਼ਨ ਡੀ। ਸਭ ਦਾ ਪ੍ਰਭਾਵ ਪਿਆ ਜੀ। ਕੁਐਸਚਨ ਨੰਬਰ 3, ਨਿਰੰਜਨ ਤਸਨੀਮ ਨੇ ਲਿਖਣ ਦੀ ਸ਼ੁਰੂਆਤ ਕਿਸ ਭਾਸ਼ਾ ਤੋਂ ਕੀਤੀ? ਆਪਸ਼ਨ ਏ ਅੰਗਰੇਜ਼ੀ, ਬੀ ਹਿੰਦੀ, ਸੀ ਉਰਦੂ, ਡੀ ਪੰਜਾਬੀ। ਦੇਖੋ ਤੁਹਾਡੇ ਐਡੇ ਵੱਡੇ ਮੈਸੇਜ ਦਾ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਹੇਠਾਂ ਜਿਹੜੇ ਤੁਸੀਂ ਉਹ ਇਮੋਜੀ ਨੂੰ ਯੂਜ਼ ਕੀਤਾ ਉਹਦੇ ਕਰਕੇ ਇੱਕਦਮ ਕੁਐਸਚਨ ਤੁਹਾਡਾ ਲੰਘ ਚੁੱਕਾ ਸੀ। ਕੁਛ ਨਹੀਂ ਪਤਾ ਲੱਗਿਆ ਮੈਨੂੰ ਕੀ ਲਿਖਿਆ ਸੀ, ਬਸ ਪਲੀਜ਼ ਜ਼ਰੂਰ ਪੜ੍ਹਿਆ ਗਿਆ, ਉਸ ਤੋਂ ਸਿਵਾਏ ਕੁਛ ਨਹੀਂ। ਕੁਐਸਚਨ ਨੰਬਰ 3 ਆਂਸਰ ਆ ਰਿਹਾ ਉਰਦੂ, ਸੀ ਆਪਸ਼ਨ, ਬਿਲਕੁਲ ਠੀਕ ਹੈ ਜੀ। ਕੁਐਸਚਨ ਨੰਬਰ 4 ਦੇ ਵੱਲ ਵੱਧਦੇ ਹਾਂ। ਅੱਜ ਮੈਂ ਵੀ ਲੇਟ ਹਾਂ ਥੋੜ੍ਹਾ ਜਿਹਾ, ਇਸ ਕਰਕੇ ਫਿਰ ਵੀ ਕੁਐਸਚਨ 3 ਹੀ ਲੰਘੇ ਤੁਹਾਡੇ। ਕੁਐਸਚਨ ਨੰਬਰ 4, ਤਲਾਸ਼ ਕੋਈ ਸਦੀਵੀ ਦਾ ਪ੍ਰਕਾਸ਼ਨ ਸਾਲ ਦੱਸੋ। ਆਪਸ਼ਨ ਏ 1981, ਬੀ 1993, ਸੀ 2000, ਡੀ 2002। 4 ਨੰਬਰ ਲਈ ਕੁਰੈਕਟ ਆਂਸਰ 2000, ਸੀ ਆਪਸ਼ਨ ਚੁਣਿਆ ਜਾ ਰਿਹਾ ਜੀ। ਤਲਾਸ਼ ਕੋਈ ਸਦੀਵੀ ਦਾ ਪ੍ਰਕਾਸ਼ਨ ਸਾਲ ਸੰਨ 2000 ਹੈ ਜੀ, ਬਿਲਕੁਲ ਠੀਕ ਹੈ ਜੀ। ਕੁਐਸਚਨ ਨੰਬਰ 5, ਕਿਸ ਦੇ ਪ੍ਰਭਾਵ ਹੇਠ ਆਪ ਨੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ? ਨਿਰੰਜਨ ਤਸਨੀਮ ਨੇ ਕਿਸ ਦੇ ਪ੍ਰਭਾਵ ਹੇਠ ਲਿਖਣਾ ਸ਼ੁਰੂ ਕੀਤਾ? ਆਪਸ਼ਨ ਏ ਪੂਰਨ ਸਿੰਘ, ਬੀ ਮਹਿੰਦਰ ਸਿੰਘ ਕੇਸਰ, ਸੀ ਈਸ਼ਵਰ ਚਿੱਤਰਕਾਰ, ਡੀ ਉਪਰੋਕਤ ਸਾਰੇ। ਪੰਜ ਨੰਬਰ ਲਈ ਆਪਸ਼ਨ ਸੀ ਆਂਸਰ ਆ ਰਿਹਾ, ਈਸ਼ਵਰ ਚਿੱਤਰਕਾਰ, ਠੀਕ ਹੈ ਜੀ। ਜਿਹੜੇ ਵੀ ਆਂਸਰ ਸੀ ਦੇ ਨਾਲ ਜਾ ਰਹੇ। ਕੁਐਸਚਨ ਨੰਬਰ 6, ਸੋਲ੍ਹਾਂ ਸ਼ਿੰਗਾਰ ਅਤੇ ਲਿਖ ਅਜੋਕਾ ਹੈ? ਆਪਸ਼ਨ ਏ ਕਹਾਣੀ ਸੰਗ੍ਰਹਿ, ਬੀ ਕਾਵਿ ਸੰਗ੍ਰਹਿ, ਸੀ ਨਾਵਲ, ਡੀ ਨਾਟਕ। ਕਰੋ ਜੀ ਆਂਸਰ ਕੁਐਸਚਨ ਨੰਬਰ 6 ਦੇ ਲਈ। ਆਪਸ਼ਨ ਏ ਕਹਾਣੀ ਸੰਗ੍ਰਹਿ ਦੇ ਨਾਲ ਸਾਰੇ ਹੀ ਲਗਭਗ ਠੀਕ ਹੈ ਜੀ। ਇਹ ਆਪਸ਼ਨ ਕਹਾਣੀ ਸੰਗ੍ਰਹਿ ਜੀ, ਇਹ ਦੋਵੇਂ। ਕੁਐਸਚਨ ਨੰਬਰ 7 ਨੰਬਰ ਹੈ ਜੀ, ਇੱਕ ਹੋਰ ਨਵਾਂ ਸਾਲ ਦਾ ਪ੍ਰਕਾਸ਼ਨ ਸਾਲ ਦੱਸੋ। ਆਪਸ਼ਨ ਏ 1974, ਬੀ 1981, ਸੀ 1993, ਡੀ 2000। ਪ੍ਰਸ਼ਨ ਨੰਬਰ 7 ਦੇ ਲਈ ਆਂਸਰ ਇਹ ਆ ਰਿਹਾ ਜੀ, ਸਭ ਦਾ ਬਿਲਕੁਲ ਸਹੀ ਹੈ ਜੀ, 1974 ਵਿੱਚ ਪ੍ਰਕਾਸ਼ਿਤ ਹੋਇਆ ਇੱਕ ਹੋਰ ਨਵਾਂ ਸਾਲ। ਕੁਐਸਚਨ ਨੰਬਰ 8, ਨਿਰੰਜਨ ਤਸਨੀਮ ਨੇ ਕਿਸ ਸ਼੍ਰੇਣੀ ਦੇ ਲੋਕਾਂ ਦੇ ਜੀਵਨ ਨੂੰ ਨਾਵਲਾਂ ਦੇ ਵਿੱਚ ਚਿਤਰਿਆ ਹੈ? ਆਪਸ਼ਨ ਏ ਨੀਵੀਂ ਸ਼੍ਰੇਣੀ, ਬੀ ਮੱਧ, ਸੀ ਅਮੀਰ, ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਵੈਰੀ ਗੁੱਡ ਈਵਨਿੰਗ ਜੀ। ਕੁਐਸਚਨ ਨੰਬਰ 8 ਦੇ ਲਈ ਆਂਸਰ ਬੀ, ਏ ਮਿਕਸ ਕੀਤੇ ਜਾ ਰਹੇ ਨੇ ਮੋਸਟਲੀ, ਬੀ ਆਪਸ਼ਨ ਮੱਧ ਸ਼੍ਰੇਣੀ, ਬਿਲਕੁਲ ਸਹੀ ਆਂਸਰ ਹੈ ਜੀ, ਮੱਧ ਸ਼੍ਰੇਣੀ।
ਮੱਧ ਸ਼੍ਰੇਣੀ ਦੇ ਲੋਕਾਂ ਦੇ ਜੀਵਨ ਨੂੰ ਚਿਤਰਿਆ ਕੁਐਸਚਨ ਨੰਬਰ 9 ਨਰਿੰਜਣ ਤਸਨੀਮ ਦਾ ਪਹਿਲਾ ਨਾਵਲ ਕਿਹੜਾ ਸੀ? ਪਹਿਲਾ ਨਾਵਲ ਕਿਹੜਾ ਸੀ? ਆਪਸ਼ਨ ਏ ਗਵਾਚੇ ਅਰਥ, ਬੀ ਪਰਛਾਵੇਂ, ਸੀ ਕਸਕ, ਡੀ ਰੇਤ ਛਲ। ਕੁਐਸਚਨ ਨੰਬਰ 9 ਦਾ ਆਨਸਰ ਬੀ ਪਰਛਾਵੇਂ ਚੁਣਿਆ ਜਾ ਰਿਹਾ ਜੀ ਸਬਦਾ। ਹਾਂਜੀ, ਜਿਹੜੇ ਵੀ 9 ਨੰਬਰ ਪਹਿਲਾ ਨਾਵਲ ਪੁੱਛਿਆ ਜੀ ਉਹ ਪਰਛਾਵੇਂ। ਕਾਫੀ ਜਗ੍ਹਾ 'ਤੇ ਆਨਸਰ ਸੀ ਵੀ ਮਿਲਦਾ ਹੈ, ਪਰ ਬੀ ਆਪਸ਼ਨ ਪਰਛਾਵੇਂ 1966 ਹੀ ਜ਼ਿਆਦਾ ਸਹੀ ਹੈ। ਕੁਐਸਚਨ ਨੰਬਰ 10, ਪੰਜਾਬ ਨਰਿੰਜਣ ਤਸਨੀਮ ਦੀ ਆਲੋਚਨਾ ਪੁਸਤਕ ਨਹੀਂ, ਆਪਸ਼ਨ ਏ ਪੰਜਾਬੀ ਨਾਵਲ ਦਾ ਆਲੋਚਨਾਤਮਕ ਅਧਿਐਨ, ਬੀ ਪੰਜਾਬੀ ਨਾਵਲ ਦਾ ਮੁਹਾਂਦਰਾ, ਸੀ ਨਾਵਲ ਕਲਾ ਅਤੇ ਮੇਰਾ ਅਨੁਭਵ, ਡੀ ਮੇਰੀ ਨਾਵਲ ਕਲਾ। 10 ਨੰਬਰ ਦੇ ਲਈ ਕਰੈਕਟ ਆਨਸਰ ਕਰਿਆ ਜਾਵੇ ਜੀ, 10 ਦਾ ਆਨਸਰ ਆ ਰਿਹਾ ਸਭ ਦਾ ਡੀ ਆਪਸ਼ਨ, ਮੇਰੀ ਨਾਵਲ ਕਲਾ। ਬਿਲਕੁਲ ਕਰੈਕਟ ਹੈ ਜੀ, ਜਿਨ੍ਹਾਂ ਨੇ ਵੀ ਆਨਸਰ ਡੀ ਕੀਤਾ ਹੈ। ਕੁਐਸਚਨ ਨੰਬਰ 11, ਨਰਿੰਜਣ ਤਸਨੀਮ ਦੀ ਕਿਸ ਰਚਨਾ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ? ਆਪਸ਼ਨ ਏ ਗਵਾਚੇ ਅਰਥ, ਬੀ ਜੁਗਾਂ ਤੋਂ ਪਾਰ, ਸੀ ਰੇਤ ਛਲ, ਡੀ ਤਲਾਸ਼ ਕੋਈ ਸਦੀਵੀ। ਪ੍ਰਸ਼ਨ ਨੰਬਰ 11 ਦੇ ਲਈ ਆਨਸਰ ਏ ਕੀਤਾ ਜਾ ਰਿਹਾ ਸਭ ਦੇ ਵੱਲੋਂ, ਸੋ ਬਿਲਕੁਲ ਸਹੀ ਹੈ ਜੀ, ਗਵਾਚੇ ਅਰਥ। ਕੁਐਸਚਨ ਨੰਬਰ 12, ਨਰਿੰਜਣ ਤਸਨੀਮ ਦਾ ਆਖਰੀ ਨਾਵਲ ਕਿਹੜਾ ਸੀ? ਆਪਸ਼ਨ ਏ ਗਵਾਚੇ ਅਰਥ, ਬੀ ਜੁਗਾਂ ਤੋਂ ਪਾਰ, ਸੀ ਰੇਤ ਛਲ, ਡੀ ਤਲਾਸ਼ ਕੋਈ ਸਦੀਵੀ। ਪ੍ਰਸ਼ਨ ਨੰਬਰ 12 ਸਹੀ ਆਨਸਰ ਚੁਣਿਆ ਜਾਵੇ 12 ਨੰਬਰ ਦੇ ਲਈ। ਹਾਂਜੀ, 12 ਨੰਬਰ ਲਈ ਆਨਸਰ ਕੀਤਾ ਜਾ ਰਿਹਾ ਜੀ ਡੀ ਆਪਸ਼ਨ, ਇਹ ਵੀ ਆ ਗਿਆ ਜੀ, ਮੋਸਟਲੀ ਡੀ ਆਪਸ਼ਨ ਦੇ ਨਾਲ ਜਾ ਰਿਹਾ ਜਿਨ੍ਹਾਂ ਦਾ ਵੀ ਆਨਸਰ ਆਪਸ਼ਨ ਡੀ ਤਲਾਸ਼ ਕੋਈ ਸਦੀਵੀ। ਬਿਲਕੁਲ ਠੀਕ ਹੈ ਜੀ। ਕੁਐਸਚਨ ਨੰਬਰ 13, ਆਈਨੇ ਦੇ ਰੂਬਰੂ ਦੀ ਵਿਧਾ ਕੀ ਹੈ? ਆਪਸ਼ਨ ਏ ਕਹਾਣੀ, ਬੀ ਨਾਵਲ, ਸੀ ਸਵੈ ਜੀਵਨੀ, ਡੀ ਆਲੋਚਨਾ। ਸਹੀ ਆਨਸਰ ਚੁਣੋ ਜੀ ਕੁਐਸਚਨ ਨੰਬਰ 13 ਦੇ ਲਈ। ਆਨਸਰ 13 ਦੇ ਲਈ ਸੀ ਆਪਸ਼ਨ, ਸਵੈ ਜੀਵਨੀ ਚੁਣਿਆ ਜਾ ਰਿਹਾ ਜੀ। ਠੀਕ ਹੈ ਜੀ, ਆਈਨੇ ਦੇ ਰੂਬਰੂ ਨਰਿੰਜਣ ਤਸਨੀਮ ਦੀ ਸਵੈ ਜੀਵਨੀ ਹੈ। ਕੁਐਸਚਨ ਨੰਬਰ 14 ਵੱਲ ਵੱਧਦੇ ਹਾਂ। ਕੁਐਸਚਨ ਨੰਬਰ 14 ਜੀ, ਰਾਮਿੰਦਰ ਜਸਬੀਰ ਕਿਸ ਨਾਵਲ ਦੇ ਪਾਤਰ ਹਨ? ਆਪਸ਼ਨ ਏ ਰੇਤ ਛਲ, ਬੀ ਪਰਛਾਵੇਂ, ਸੀ ਕਸਕ, ਡੀ ਗਵਾਚੇ ਅਰਥ। ਪ੍ਰਸ਼ਨ ਨੰਬਰ 14 ਦੇ ਲਈ ਕਰੈਕਟ ਆਨਸਰ ਕਰਿਆ ਜਾਵੇ। ਹਾਂਜੀ, 14 ਦਾ ਸਭ ਦਾ ਆਨਸਰ ਆ ਰਿਹਾ ਬੀ ਆਪਸ਼ਨ, ਪਰਛਾਵੇਂ। ਹਾਂਜੀ, ਲਗਭਗ ਸਾਰੇ ਹੀ ਆਪਸ਼ਨ ਬੀ ਦੇ ਨਾਲ ਜਾ ਰਹੇ ਆ ਜੀ, ਰਮਿੰਦਰ ਜਸਵੀਰ। ਠੀਕ, ਓਹੋ 1 ਮਿੰਟ ਜੀ, ਸਕਰੀਨ ਵਰਕ ਨਹੀਂ ਕਰ ਰਹੀ ਪ੍ਰੋਪਰਲੀ। ਜਸਟ 1 ਮਿੰਟ ਜੀ। ਜੀ, ਬੀ ਆਨਸਰ ਸਭ ਦਾ ਆਇਆ, ਪਰਛਾਵੇਂ। ਕੁਐਸਚਨ ਨੰਬਰ 15 ਨੰਬਰ ਜੀ, ਨਰਿੰਜਣ ਤਸਨੀਮ ਨੂੰ ਪੰਜਾਬੀ ਸਾਹਿਤ ਰਤਨ ਅਵਾਰਡ ਕਦੋਂ ਮਿਲਿਆ? ਆਪਸ਼ਨ ਏ 1999, ਬੀ 2001, ਸੀ 2003, ਡੀ 2015। ਪ੍ਰਸ਼ਨ ਨੰਬਰ 15 ਦੇ ਲਈ ਆਨਸਰ ਮਿਕਸ ਜੇ ਆ ਰਹੇ ਨੇ, ਏ ਅਤੇ ਡੀ, 1999 ਅਤੇ 2015। ਸਾਹਿਤ ਅਕਾਦਮੀ ਅਵਾਰਡ ਪੁੱਛਿਆ ਗਿਆ ਨਰਿੰਜਣ ਤਸਨੀਮ ਨੂੰ ਪੰਜਾਬੀ ਸਾਹਿਤ ਰਤਨ ਅਵਾਰਡ ਪੁੱਛਿਆ ਗਿਆ ਜੀ। ਨਕਲ ਮਾਰੀ ਹੈ ਜੀ, ਸਮਝਿਆ ਨਹੀਂ ਜੀ। 15 ਨੰਬਰ ਦੇ ਲਈ ਆਨਸਰ ਆ ਰਿਹਾ ਡੀ ਆਪਸ਼ਨ, 2015 ਜੀ। ਠੀਕ ਹੈ ਜੀ, ਕੁਐਸਚਨ ਨੰਬਰ 16 ਦੇ ਵੱਲ ਵੱਧਦੇ ਹਾਂ ਜੀ। 16 ਨੰਬਰ ਹੈ ਜੀ, ਨਰਿੰਜਣ ਤਸਨੀਮ ਨੇ ਮੋਨਾਲੀਜ਼ਾ ਨਾਵਲ ਵਿੱਚ ਨਾਵਲ ਕਿਸ ਭਾਸ਼ਾ ਵਿੱਚ ਲਿਖਿਆ ਸੀ? ਆਪਸ਼ਨ ਏ ਹਿੰਦੀ, ਬੀ ਉਰਦੂ, ਸੀ ਅੰਗਰੇਜ਼ੀ, ਡੀ ਪੰਜਾਬੀ। ਇਟਸ ਓਕੇ ਜੀ। ਹਾਂਜੀ, ਕੁਐਸਚਨ ਨੰਬਰ 16 ਦੇ ਲਈ ਕਰੈਕਟ ਆਨਸਰ ਚੁਣਿਆ ਜਾਵੇ। 16 ਦੇ ਲਈ ਆਨਸਰ ਕੀਤਾ ਜਾ ਰਿਹਾ ਸਭ ਦਾ ਬੀ ਆਪਸ਼ਨ, ਉਰਦੂ। ਠੀਕ ਹੈ ਜੀ, ਪ੍ਰਸ਼ਨ ਨੰਬਰ 16 ਦੇ ਲਈ ਜਿਨ੍ਹਾਂ ਨੇ ਵੀ ਆਨਸਰ ਬੀ ਕੀਤਾ ਹੈ। ਕੁਐਸਚਨ ਨੰਬਰ
17 ਨਰਿੰਜਨ ਤਸਨੀਮ ਦਾ ਈਸ਼ਵਰ ਚਿੱਤਰਕਾਰ ਨਾਲ ਸੰਬੰਧਿਤ ਕਿਹੜਾ ਨਾਵਲ ਸੀ? ਆਪਸ਼ਨ ਏ ਕਸਕ, ਬੀ ਤ੍ਰਿੜਾਂ ਤੇ ਰੂਪ, ਸੀ ਜੁਗਾਂ ਤੋਂ ਪਾਰ, ਡੀ ਜਦੋਂ ਸਵੇਰ ਹੋਈ। 17 ਨੰਬਰ ਦੇ ਲਈ ਕਰੈਕਟ ਆਂਸਰ ਚੁਣਿਆ ਜਾਵੇ। ਹਾਂਜੀ, 17 ਦੇ ਲਈ ਆਂਸਰ ਕੀਤਾ ਜਾ ਰਿਹਾ ਹੈ ਸੀ ਆਪਸ਼ਨ, ਮੋਸਟਲੀ ਸੀ ਆਪਸ਼ਨ ਕੀਤਾ ਜਾ ਰਿਹਾ ਹੈ 17 ਨੰਬਰ ਦੇ ਲਈ। ਜਿਹੜੇ ਵੀ ਆਂਸਰ ਸੀ ਦੇ ਨਾਲ ਜਾ ਰਹੇ ਆ, ਜੁਗਾਂ ਤੋਂ ਬਾਹਰ ਬਿਲਕੁਲ ਠੀਕ ਆ ਜੀ, 1981 ਵੀ ਠੀਕ ਹੈ। ਕੁਸ਼ਚਨ ਨੰਬਰ 18, ਪਰਛਾਵੇਂ ਨਾਵਲ ਦਾ ਪ੍ਰਕਾਸ਼ਨ ਸਾਲ ਦੱਸੋ। ਆਪਸ਼ਨ ਏ 1964, ਬੀ 1966, ਸੀ 1968 ਅਤੇ ਡੀ ਹੈ ਜੀ 1970। ਪ੍ਰਸ਼ਨ ਨੰਬਰ 18 ਕੁਰੈਕਟ ਆਂਸਰ ਚੁਣੋ। ਆਲਰੇਡੀ ਆਂਸਰ ਇਹਦਾ ਆਇਆ ਹੋਇਆ ਹੈ, ਠੀਕ ਹੈ ਜੀ, ਬਿਲਕੁਲ 1966। ਕੁਸ਼ਚਨ ਨੰਬਰ 19, 19 ਨੰਬਰ ਹੈ ਜੀ, ਨਰਿੰਜਨ ਤਸਨੀਮ ਨੇ ਕਿਸ ਨਾਵਲ ਵਿੱਚ ਫੈਂਟੈਸੀ ਵਿਧੀ ਦੀ ਵਰਤੋਂ ਕੀਤੀ ਹੈ? ਆਪਸ਼ਨ ਏ ਕਸਕ, ਬੀ ਪਰਛਾਵੇਂ, ਸੀ ਤ੍ਰਿੜਾਂ ਤੇ ਰੂਪ, ਡੀ ਜਦੋਂ ਸਵੇਰ ਹੋਈ। ਪ੍ਰਸ਼ਨ ਨੰਬਰ 19 ਲਈ ਆਂਸਰ ਆ ਰਿਹਾ ਬੀ ਆਪਸ਼ਨ, ਪਰਛਾਵੇਂ, ਸੀ ਵੀ ਆ ਰਿਹਾ, ਤ੍ਰਿੜਾਂ ਤੇ ਰੂਪ। ਸੋ ਮਿਕਸ ਜੇ ਆਂਸਰ, ਮੋਸਟਲੀ ਬੀ ਆਪਸ਼ਨ ਦੇ ਨਾਲ, ਪਰਛਾਵੇਂ ਬਿਲਕੁਲ ਠੀਕ ਹੈ ਜੀ। ਕੁਸ਼ਚਨ ਨੰਬਰ 20, ਦਿਲਜੀਤ, ਰੋਸ਼ੀ ਅਤੇ ਅਮਰਤਾ ਕਿਸ ਨਾਵਲ ਦੇ ਪਾਤਰ ਹਨ? ਆਪਸ਼ਨ ਏ ਰੇਤ ਛਲ, ਬੀ ਹੈ ਜੀ ਪਰਛਾਵੇਂ, ਸੀ ਕਸਕ, ਡੀ ਗਵਾਚੇ ਅਰਥ। ਕੁਸ਼ਚਨ ਨੰਬਰ 20 ਦੇ ਲਈ ਕੁਰੈਕਟ ਆਂਸਰ ਕਰਿਆ ਜਾਵੇ। ਹਾਂਜੀ, ਫਟਾਫਟ ਆਂਸਰ ਆਵੇ ਜੀ ਪ੍ਰਸ਼ਨ ਨੰਬਰ 20 ਦੇ ਲਈ। ਸੋ ਮੋਸਟਲੀ ਆਂਸਰ ਆ ਰਿਹਾ ਜੀ ਇਹ ਆਪਸ਼ਨ ਰੇਤ ਛਲ, ਜਿਨ੍ਹਾਂ ਦਾ ਵੀ ਆਂਸਰ ਇਹ ਕੀਤਾ ਜਾ ਰਿਹਾ ਹੈ, ਬਿਲਕੁਲ ਠੀਕ ਆ ਜੀ, ਰੇਤ ਛਲ। ਕੁਸ਼ਚਨ ਨੰਬਰ 21 ਦੇ ਵੱਲ ਵੱਧਦੇ ਹੋ। ਸੋ 21 ਨੰਬਰ ਕੁਸ਼ਚਨ ਹੈ ਜੀ ਆਪਣੇ ਕੋਲ, ਉਰਦੂ ਦੇ ਨਾਵਲ ਸੋਗਵਾਰ 'ਤੇ ਆਧਾਰਿਤ ਨਰਿੰਜਨ ਤਸਨੀਮ ਦਾ ਕਿਹੜਾ ਨਾਵਲ ਹੈ? ਆਪਸ਼ਨ ਏ ਕਸਕ, ਬੀ ਤ੍ਰਿੜਾਂ ਤੇ ਰੂਪ, ਸੀ ਜੁਗਾਂ ਤੋਂ ਪਾਰ, ਡੀ ਜਦੋਂ ਸਵੇਰ ਹੋਈ। ਹਾਂਜੀ, ਕੁਸ਼ਚਨ ਨੰਬਰ 21 ਦੇ ਲਈ ਆਂਸਰ ਕੀਤਾ ਜਾ ਰਿਹਾ ਹੈ ਏ ਬੀ ਮਿਕਸ ਜੇ ਆਂਸਰ, ਮੋਸਟਲੀ ਏ ਆਪਸ਼ਨ ਕਸਕ ਆ ਰਿਹਾ ਆਂਸਰ, ਠੀਕ ਆ ਜੀ। ਉਰਦੂ ਦੇ ਨਾਵਲ ਸੋਗਵਾਰ 'ਤੇ, ਠੀਕ ਆ ਜੀ। ਕੁਸ਼ਚਨ ਨੰਬਰ 22, ਰਮਾ ਰਣਧੀਰ ਕਿਸ ਨਾਵਲ ਦੇ ਪਾਤਰ ਹਨ? ਆਪਸ਼ਨ ਏ ਰੇਤ ਛਲ, ਬੀ ਪਰਛਾਵੇਂ, ਸੀ ਕਸਕ, ਡੀ ਗਵਾਚੇ ਅਰਥ। ਪ੍ਰਸ਼ਨ ਨੰਬਰ 22, ਸਹੀ ਆਂਸਰ ਚੁਣਿਆ ਜਾਵੇ। 22 ਦੇ ਲਈ ਆ ਰਿਹਾ ਜੀ ਸੀ ਆਪਸ਼ਨ। ਹਾਂਜੀ, ਮੋਸਟਲੀ 22 ਨੰਬਰ ਲਈ ਸੀ ਆਪਸ਼ਨ ਆਂਸਰ ਕਰ ਰਹੇ ਨੇ, ਠੀਕ ਆ ਜੀ, ਬਿਲਕੁਲ, ਜਿਹੜੇ ਵੀ ਆਂਸਰ ਕਸਕ ਕਰ ਰਹੇ ਨੇ। ਕੁਸ਼ਚਨ ਨੰਬਰ 23, ਰੇਤ ਛਲ ਦਾ ਪ੍ਰਕਾਸ਼ਨ ਸਾਲ ਦੱਸੋ। ਆਪਸ਼ਨ ਏ 1967, ਬੀ 1968, ਸੀ 1969, ਡੀ 1971। ਕਰੋ ਜੀ ਆਂਸਰ ਪ੍ਰਸ਼ਨ ਨੰਬਰ 23 ਦੇ ਲਈ, ਰੇਤ ਛਲ ਪ੍ਰਕਾਸ਼ਨ ਸਾਲ 23 ਦੇ ਲਈ ਬੀ ਸੀ ਮਿਕਸ ਆਂਸਰ ਆ ਰਹੇ ਨੇ, ਜਿਨ੍ਹਾਂ ਦਾ ਵੀ ਆਂਸਰ 1969 ਆ ਰਿਹਾ ਹੈ, ਠੀਕ ਹੈ ਜੀ। ਕੁਸ਼ਚਨ ਨੰਬਰ 24, 24 ਨੰਬਰ ਦੇ ਲਈ ਆਂਸਰ ਕਰਿਆ ਜਾਵੇ, ਉਰਦੂ ਦੇ ਨਾਵਲ ਮੋਨਾਲੀਜ਼ਾ 'ਤੇ ਆਧਾਰਿਤ ਨਰਿੰਜਨ ਤਸਨੀਮ ਦਾ ਕਿਹੜਾ ਨਾਵਲ ਹੈ? ਆਪਸ਼ਨ ਏ ਕਸਕ, ਬੀ ਤ੍ਰਿੜਾਂ ਤੇ ਰੂਪ, ਸੀ ਰੇਤ ਛਲ, ਡੀ ਜੁਗਾਂ ਤੋਂ ਪਾਰ। ਹਾਂਜੀ, ਮੋਨਾਲੀਜ਼ਾ ਉਰਦੂ ਦਾ ਜਿਹੜਾ ਨਾਵਲ ਹੈ, ਇਸ 'ਤੇ ਆਧਾਰਿਤ ਮੋਸਟਲੀ ਆਂਸਰ ਬੀ ਸੀ ਮਿਕਸ ਜੇ ਕੀਤੇ ਜਾ ਰਹੇ ਨੇ, ਠੀਕ ਹੈ ਜੀ, ਰੇਤ ਛਲ। ਕੁਸ਼ਚਨ ਨੰਬਰ 25, 25 ਨੰਬਰ ਹੈ ਜੀ, ਹਰਮੀਤ ਕਿਸ ਨਾਵਲ ਦਾ ਪਾਤਰ ਹੈ? ਆਪਸ਼ਨ ਏ ਰੇਤ ਛਲ, ਬੀ ਪਰਛਾਵੇਂ, ਸੀ ਜੁਗਾਂ ਤੋਂ ਪਾਰ, ਡੀ ਹੈ ਜੀ ਗਵਾਚੇ ਅਰਥ। ਪ੍ਰਸ਼ਨ ਨੰਬਰ 25 ਦੇ ਲਈ ਕੁਰੈਕਟ ਆਂਸਰ ਕਰਿਆ ਜਾਵੇ। ਹਾਂਜੀ, 25 ਨੰਬਰ ਲਈ ਆਂਸਰ ਕੀਤਾ ਜਾ ਰਿਹਾ ਮੋਸਟਲੀ ਸੀ ਡੀ ਮਿਕਸ ਜਿਹਾ ਆਂਸਰ, ਬਟ ਜ਼ਿਆਦਾਤਰ ਜਿਹੜਾ ਆਂਸਰ ਹੈ ਜੀ ਆਪਸ਼ਨ ਸੀ ਚੁਣਿਆ ਜਾ ਰਿਹਾ ਹੈ, ਜਿਨ੍ਹਾਂ ਦਾ ਵੀ ਆਂਸਰ ਆਪਸ਼ਨ ਸੀ ਆ ਰਿਹਾ ਹੈ 25 ਨੰਬਰ ਦੇ ਲਈ, ਹਰਮੀਤ ਕਿਸ ਨਾਵਲ ਦਾ ਪਾਤਰ ਹੈ?
ਸੀ ਮੋਸਟਲੀ ਆਂਸਰ ਆ ਰਿਹਾ ਜੁਗਾਂ ਤੋਂ ਪਾਰ, ਜਿਨ੍ਹਾਂ ਦਾ ਵੀ ਜੁਗਾਂ ਤੋਂ ਪਾਰ ਆਂਸਰ ਆਇਆ ਜੀ ਗਲਤ ਹੋ ਗਿਆ। ਇਹ ਆਪਸ਼ਨ ਵੀ ਆਂਸਰ ਕੀਤਾ ਜਾ ਰਿਹਾ, ਕੁਸ਼ਚਨ ਨੰਬਰ 25 ਦੇ ਲਈ ਇਹੀ ਕਰੈਕਟ ਹੋਵੇਗਾ। ਕੁਸ਼ਚਨ ਨੰਬਰ ਮੈਨੂੰ ਹੀ ਕਨਫਿਊਜ਼ਨ ਹੋ ਗਈ, 25 ਨੰਬਰ ਦੇ ਲਈ ਆਂਸਰ ਇੱਥੇ ਸੀ ਹੀ ਦਿੱਤਾ ਹੋਇਆ। ਇਟ ਮੀਨਸ ਕਿ ਤੁਹਾਡਾ ਸਹੀ ਹੈ ਜੀ, ਮੀਨਸ ਕਿ ਮੈਂ ਹੀ ਕਨਫਿਊਜ਼ ਹੋਊਂਗਾ। ਕੁਸ਼ਚਨ ਨੰਬਰ 26 ਦੇ ਵੱਲ ਵੱਧਦੇ ਹਾਂ। ਨਿਰੰਜਨ ਤਸਨੀਮ ਨੇ ਚੇਤਨਾ ਪ੍ਰਵਾਹ ਜਾਂ ਅੰਦਰੂਨੀ ਮਨਵਚਨੀ ਵਿਧੀ ਕਿਸ ਨਾਵਲ ਵਿੱਚ ਵਰਤੀ ਗਈ ਵਰਤੀ ਹੈ? ਆਪਸ਼ਨ 1 ਕਸਕ, ਬੀ ਤ੍ਰਿਣਾ ਦੇ ਰੂਪ, ਸੀ ਜੁਗਾਂ ਤੋਂ ਪਾਰ, ਡੀ ਜਦੋਂ ਸਵੇਰ ਹੋਈ। ਪ੍ਰਸ਼ਨ ਨੰਬਰ 26 ਦੇ ਲਈ ਕੁਰੈਕਟ ਆਂਸਰ ਕਰਿਆ ਜਾਵੇ। ਹਾਂਜੀ, 26 ਨੰਬਰ ਲਈ ਆਂਸਰ ਕੀਤਾ ਜਾ ਰਿਹਾ ਬੀ ਸੀ ਡੀ, ਮਿਕਸ ਜਿਹੇ ਆਂਸਰ ਆ ਰਹੇ ਨੇ। ਸੋ ਮੋਸਟਲੀ ਆਂਸਰ ਬੀ ਆਪਸ਼ਨ ਆ ਰਿਹਾ, ਤ੍ਰਿਣਾ ਅਤੇ ਰੂਪ ਮਨੋਵਚਨੀ। ਆਲਰੇਡੀ ਇਸ ਕੁਸ਼ਚਨ ਦਾ ਆਂਸਰ ਪਹਿਲਾਂ ਵੀ ਕੀਤਾ ਜਾ ਚੁੱਕਾ ਹੈ। ਕੁਸ਼ਚਨ ਨੰਬਰ 27 ਦੇ ਵੱਲ ਵੱਧਦੇ ਹਾਂ ਜੀ। 27 ਨੰਬਰ ਹੈ ਗਵਾਚੇ ਅਰਥ ਨਾਵਲ ਦਾ ਪ੍ਰਕਾਸ਼ਨ ਸਾਲ ਚੁਣੋ। ਆਪਸ਼ਨ ਏ 1981, ਬੀ 1993, ਸੀ 1997, ਡੀ 1999। ਸਹੀ ਆਂਸਰ ਕੁਸ਼ਚਨ ਨੰਬਰ 27 ਲਈ ਕਰਿਆ ਜਾਵੇ। ਹਾਂਜੀ, 27 ਲਈ ਆਂਸਰ ਆ ਰਿਹਾ ਜੀ ਬੀ ਆਪਸ਼ਨ 1993। ਸੋ ਜਿਹੜੇ ਵੀ ਆਂਸਰ 1993 ਦੇ ਨਾਲ ਜਾ ਰਹੇ ਆ ਬਿਲਕੁਲ ਠੀਕ ਹੈ ਜੀ। ਕੁਸ਼ਚਨ ਨੰਬਰ 28 ਦੇ ਵੱਲ ਵੱਧਦੇ ਹਾਂ ਜੀ। 28 ਨੰਬਰ ਹੈ ਜਦੋਂ ਸਵੇਰ ਹੋਈ ਨਾਵਲ ਦਾ ਸੀਕੁਅਲ ਕਿਸ ਨਾਵਲ ਨੂੰ ਮੰਨਿਆ ਜਾਂਦਾ ਹੈ? ਆਪਸ਼ਨ ਏ ਤ੍ਰਿਣਾ ਤੇ ਰੂਪ, ਬੀ ਤਲਾਸ਼ ਕੋਈ ਸਦੀਵੀ, ਸੀ ਗਵਾਚੇ ਅਰਥ, ਡੀ ਹਨੇਰਾ ਹੋਣ ਤੱਕ। ਸਹੀ ਆਂਸਰ ਕੁਸ਼ਚਨ ਨੰਬਰ 28 ਲਈ ਕਰਿਆ ਜਾਵੇ। ਹਾਂਜੀ, 28 ਨੰਬਰ ਦੇ ਲਈ ਆਂਸਰ ਕੀਤਾ ਜਾ ਰਿਹਾ ਹੈ ਊੜਾ ਸੀ ਬੀ, ਮਤਲਬ ਕਿ ਮਿਕਸ ਜੇ ਆਂਸਰ। ਜਦੋਂ ਸਵੇਰ ਹੋਈ ਦਾ ਜਿਹੜਾ ਸੀਕੁਅਲ ਹੈ ਸੀ ਆਪਸ਼ਨ ਆਂਸਰ, ਗਵਾਚੇ ਅਰਥ ਬਿਲਕੁਲ ਸਹੀ ਹੈ। ਕੁਸ਼ਚਨ ਨੰਬਰ 29 ਹੈ ਜੀ, ਬਲਵੀਰ ਕਿਸ ਨਾਵਲ ਦਾ ਪਾਤਰ ਹੈ? ਆਪਸ਼ਨ ਏ ਹੈ ਜੀ ਰੇਤਸ਼ਲ, ਬੀ ਪਰਛਾਵੇਂ, ਸੀ ਕਸਕ ਅਤੇ ਡੀ ਹੈ ਜੀ ਗਵਾਚੇ ਅਰਥ। ਪ੍ਰਸ਼ਨ ਨੰਬਰ 29 ਦੇ ਲਈ ਆਂਸਰ ਕਰਿਆ ਜਾਵੇ ਬਲਵੀਰ ਕਿਸ ਨਾਵਲ ਦਾ ਪਾਤਰ ਹੈ? ਆਂਸਰ ਮੋਸਟਲੀ ਕੀਤਾ ਜਾ ਰਿਹਾ ਹੈ ਏ ਅਤੇ ਡੀ, ਸਭ ਤੋਂ ਜ਼ਿਆਦਾ ਆਂਸਰ ਆ ਰਿਹਾ ਜੀ ਆਪਸ਼ਨ ਡੀ। ਜਿਨ੍ਹਾਂ ਦਾ ਵੀ ਆਂਸਰ ਆਇਆ ਜੀ ਡੀ ਆਪਸ਼ਨ, ਸਭ ਦਾ ਹੋ ਗਿਆ ਜੀ ਗਲਤ। ਹਾਂਜੀ, ਬਲਬੀਰ ਆਂਸਰ ਸੀ ਕਸਕ ਆਵੇਗਾ ਜੀ। ਠੀਕ ਹੈ ਜੀ, ਕਸਕ ਹੀ ਕੁਰੈਕਟ ਹੈ। ਕੁਸ਼ਚਨ ਨੰਬਰ 30 ਹੈ ਜੀ, ਨਿਰੰਜਨ ਤਸਨੀਮ ਨੂੰ ਸਾਹਿਤ ਅਕਾਦਮੀ ਅਵਾਰਡ ਕਦੋਂ ਮਿਲਿਆ? ਆਪਸ਼ਨ ਏ ਡੀ ਹੈ ਜੀ। ਚਲੋ ਜੀ, ਫਿਰ ਮੈਂ ਇਸਨੂੰ ਕਰਦਾ ਜੀ ਨੋਟ ਡਾਊਨ, ਜੇ ਤੁਹਾਡੇ ਵੱਲੋਂ ਆਂਸਰ ਡੀ ਕੀਤਾ ਜਾ ਰਿਹਾ ਹੈ, ਕੁਸ਼ਚਨ ਮਾਰਕ ਲਗਾ ਰਿਹਾ, ਇਹਦਾ ਆਂਸਰ ਮੈਂ ਪਿੰਨ ਕਰਾਂਗਾ ਜੇਕਰ ਆਂਸਰ ਕੋਈ ਹੋਰ ਹੋਇਆ। ਕੁਸ਼ਚਨ ਨੰਬਰ 30, ਨਿਰੰਜਨ ਤਸਨੀਮ ਨੂੰ ਸਾਹਿਤ ਅਕਾਦਮੀ ਅਵਾਰਡ ਕਦੋਂ ਮਿਲਿਆ? ਆਪਸ਼ਨ ਏ 1981, ਬੀ 1993, ਸੀ 1997, ਡੀ 1999। ਸਹੀ ਆਂਸਰ ਕੁਸ਼ਚਨ ਨੰਬਰ 30 ਦੇ ਲਈ ਕਰਿਆ ਜਾਵੇ। 30 ਨੰਬਰ ਲਈ ਆਂਸਰ ਆ ਰਿਹਾ ਜੀ ਆਪਸ਼ਨ ਡੀ, ਸਭ ਦਾ ਹੀ ਲਗਭਗ। ਸੋ ਠੀਕ ਹੈ ਜੀ, ਜਿਹੜੇ ਵੀ ਆਂਸਰ ਡੀ ਦੇ ਨਾਲ ਜਾ ਰਹੇ। ਕੁਸ਼ਚਨ ਨੰਬਰ 31 ਦੇ ਵੱਲ ਵੱਧਦੇ ਹਾਂ ਜੀ। 31 ਨੰਬਰ ਹੈ, ਹਾਂਜੀ 31 ਨੰਬਰ ਹੈ ਜੀ, ਪੰਜਾਬੀ ਸਾਹਿਤ ਲੁਧਿਆਣਾ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਧਾਲੀਵਾਲ ਪੁਰਸਕਾਰ ਕਦੋਂ ਮਿਲਿਆ? ਨਿਰੰਜਨ ਤਸਨੀਮ ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪੁਰਸਕਾਰ ਕਦੋਂ ਮਿਲਿਆ ਜੀ? ਧਾਲੀਵਾਲ ਪੁਰਸਕਾਰ ਕਦੋਂ ਮਿਲਿਆ? 1981, 1993, 1997, 1999। ਆਂਸਰ ਮੋਸਟਲੀ ਬੀ ਸੀ, ਮਿਕਸ ਜੇ ਕੀਤੇ ਜਾ ਰਹੇ ਨੇ, ਸਭ ਤੋਂ ਜ਼ਿਆਦਾ ਆਂਸਰ ਬੀ ਆਇਆ ਹੈ 1993। ਠੀਕ ਹੈ ਜੀ, ਕੁਸ਼ਚਨ ਨੰਬਰ 32 ਦੇ ਵੱਲ ਵੱਧਦੇ ਹਾਂ। 32 ਨੰਬਰ ਕੁਸ਼ਚਨ ਹੈ ਜੀ, ਕਾਂਤਾ ਸਿੰਮੀ ਕਿਸ ਨਾਵਲ ਦੇ ਪਾਤਰ ਹਨ? ਆਪਸ਼ਨ ਏ ਤ੍ਰਿਣਾ ਅਤੇ ਰੂਪ, ਬੀ ਪਰਛਾਵੇਂ, ਸੀ ਕਸਕ, ਡੀ ਗਵਾਚੇ ਅਰਥ। ਕੁਸ਼ਚਨ ਨੰਬਰ 94 ਬੀ ਮਿਲਦਾ ਹੈ, 94। ਅੱਛਾ, ਪਿਛਲੇ ਕੁਸ਼ਚਨ ਲਈ ਕਹਿ ਰਹੇ ਹਾਂ। ਚਲੋ ਜੀ, ਕਰ ਲਵਾਂਗੇ ਉਸਨੂੰ ਵੀ ਕਲੀਅਰ, ਬਟ ਮੇਰੇ ਕੋਲ ਆਂਸਰ 93 ਹੀ ਹੈ। ਕੁਸ਼ਚਨ ਨੰਬਰ 32 ਲਈ ਕਰੈਕਟ ਆਂਸਰ ਕਰਿਆ ਜਾਵੇ, ਕਾਂਤਾ ਸਿੰਮੀ ਕਿਸ ਨਾਵਲ ਦੇ ਪਾਤਰ ਹਨ? ਤ੍ਰਿਣਾ ਅਤੇ ਰੂਪ, ਪਰਛਾਵੇਂ, ਕਸਕ, ਗਵਾਚੇ ਅਰਥ। ਮੋਸਟਲੀ ਆਂਸਰ ਆਪਸ਼ਨ ਏ ਕੀਤਾ ਜਾ ਰਿਹਾ ਹੈ। ਹਾਂਜੀ, ਲਗਭਗ ਸਾਰੇ ਹੀ ਆਪਸ਼ਨ ਏ ਦੇ ਨਾਲ ਜਾ ਰਹੇ ਆ, ਬਿਲਕੁਲ ਸਹੀ ਹੈ ਜੀ ਸਭ ਦਾ ਆਪਸ਼ਨ ਏ, ਤ੍ਰਿਣਾ ਅਤੇ ਰੂਪ। ਕੁਸ਼ਚਨ ਨੰਬਰ
हाँ जी, क्वेश्चन नंबर 32 ते ही अपनी क्लास समाप्त होंगी है। सो अज की क्लास के इन्ना ही, जाते जाते वीडियो लाइक एंड शेयर जरूर कर दे जाना ताकि हरेक क्लास का नोटिफिकेशन मिलता रहे। क्वेश्चन नहीं आता, तैयारी नहीं हुई, डोंट वरी, कोई गल नहीं, तैयारी आपकी। हाँ जी, बीमारी दे विच कौन तैयारी कर पाँदा है, सो डोंट वरी। सो आंसर किया जा रहा है 32 दे लिए जिहड़ा, ए बिल्कुल ठीक है। बाकी क्लास में जाते जाते शेयर जरूर कर दिओ जी। एक्स्ट्रा नॉलेज जी थोड़ा बिजी चल रहा है इस करके नहीं होंगी जी, ठीक है जी। वैसे भी ये मतलब कि शायद ज़्यादा टाइम नहीं होया इन्हों क्लासेस नू, इस करके काफ़ी हद तक ऐड किया होया एक्स्ट्रा नॉलेज भी आप जल्द ऐड करांगे। मे बी मंडे तो कोशिश करते हैं, मंडे तो टॉपिक काफ़ी उलझे हुए होंगे, नाटक, एकांगीकार, ये सारे ही मिक्स करांगे मंडे तो। सो इसलिए मंडे तो ठीक है जी। हाँ जी, एक्स्ट्रा नॉलेज की गल मैं फिर कर रहा कि थोड़ा जहा बिजी चल रहा जी, बुकिंग है वो दे करके। सो जिन्होंने भी बुक की बुकिंग करवा ली है, किताब की बुकिंग करवा ली है, जल्द उन्होंने मिल जाएगी, ठीक है जी। बस थोड़ा जहा हौसला रखियो जी, टुमारो रिजल्ट पता जी, कल रिजल्ट आजूगा, कह तो यही रहे है। बाकी देखो सुनचे तो आ रहा है, बाकी कल होवेगा उदो पता लगेगा। सिलेबस ही करवाओ जी एक्स्ट्रा, नहीं ये उदा दी एक्स्ट्रा दी गल नहीं कर रहे सी, सिलेबस ही करवाने नू कह रहे है। वर्क स्टार्ट कर दो जी, जी ग्रामर, ग्रामर भी करवाई हुई है, बस ये तो बाद आप ग्रामर ही करनी है, थोड़े जे टॉपिक रह गए। कॉन्टैक्ट नंबर 7837896518। हाँ जी, किताब बुक करनी है जी 7837896518, ये अपना फुल एड्रेस ते अपना पेमेंट का स्क्रीनशॉट सेंड कर दियो जी। बस जी बुकिंग कंप्लीट है। फोन पे चलता जी, बिल्कुल जी चलता है, इससे सेम नंबर ते गूगल पे भी चलता है। नहीं आना जी, चलो तो कल तो पता लग जाएगा आता कि नहीं आता तो हाँ जी, बस इतनी क्लास आप समाप्त कर रहे हैं, एवं लंबी हो रही है। बाय मिस क्लास हो गई है जी, यू जी सी नेट क्लासेस, नेट क्लासेस ऑलरेडी आप कुछ लगाइया हुई ने, उन्होंने ज्वाइन कर सकते हो। बाकी जड़िया होर क्लासेस ने ये भी सारिया ही, सारा सिलेबस यू जी सी नेट कवर करता है। सो यू जी सी नेट के लिए आई थिंक इन्ना गौर करने की लोड़ नहीं कि सिलेबस केड़ा है तो केड़ा नहीं, वो काफ़ी एक्सपेंड सिलेबस किया हुआ, काफ़ी वाइड है। हाँ जी 7837896518, 7838956518, ठीक है जी। जिन्होंने बुकिंग नहीं करवाई जरूर करवा लैन, ताकि एक तुहानू पेपर का फॉरमेट समझन दे विच हेल्प मिले, ठीक है, किस तरह के क्वेश्चन आते हैं, तो जिहड़े रिपीट होंदे आ वो क्वेश्चन जरूर मतलब कि तुहानू पता लग जाण। बाय बाय, गुड नाइट जी, सब नू मिलते हैं कल नू ठीक 9:30 बजे। जी ओके जी, बाय बाय जी।